ਭਾਰਤੀ ਮਹਿਲਾ ਹਾਕੀ ਟੀਮ ਨੇ ਏਸ਼ੀਅਨ ਚੈਂਪੀਅਨ ਟਰੋਫੀ ਜਿੱਤ ਲਈ ਹੈ। ਰਾਂਜੀ ਵਿੱਚ ਖੇਡੇ ਗਏ ਫਾਈਨਲ ਵਿੱਚ ਭਾਰਤ ਨੇ ਜਾਪਾਨ ਨੂੰ 4-0 ਨਾਲ ਹਰਾ ਕੇ ਸੋਨ ਤਗਮਾ ਜਿੱਤਿਆ। ਭਾਰਤ ਲਈ ਸੰਗੀਤਾ ਕੁਮਾਰੀ, ਨੀਹਾ, ਲਾਲ ਰੇਮ ਸਿਆਮੀ ਅਤੇ ਵੰਦਨਾ ਕਟਾਰੀਆ ਨੇ ਇੱਕ-ਇੱਕ ਗੋਲ ਦਾ ਕੀਤਾ। ਝਾਰਖੰਡ ਦੀ ਸਲੀਮਾ ਟੇਟੇ ਨੂੰ ਪਲੇਅਰ ਆਫ ਦਿ ਟੂਰਨਾਮੈਂਟ ਨਾਲ ਸਨਮਾਨਿਤ ਕੀਤਾ ਗਿਆ ਹਾਕੀ ਇੰਡੀਆ ਨੇ ਟੀਮ ਨੂੰ ਜਿੱਤੀ ਵਧਾਈ ਦਿੰਦਿਆਂ ਹਰ ਇੱਕ ਖਿਡਾਰੀ ਨੂੰ 3-3 ਲੱਖ ਰੁਪਏ ਅਤੇ ਸਹਿਯੋਗੀ ਸਟਾਫ ਨੂੰ 1.5-1.5 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਭਾਰਤ ਨੇ ਇਹ ਖਿਤਾਬ ਦੂਜੀ ਵਾਰ ਜਿੱਤਿਆ ਹੈ ਇਸ ਤੋਂ ਪਹਿਲਾਂ ਭਾਰਤ ਨੇ 2016 ਵਿੱਚ ਸਿੰਗਾਪੁਰ ਵਿੱਚ ਪਹਿਲੀ ਵਾਰ ਏਸ਼ੀਅਨ ਚੈਂਪੀਅਨਸ ਟਰੋਫੀ ਜਿੱਤ ਖਿਤਾਬ ਜਿੱਤਿਆ ਸੀ ਜਦਕਿ ਜਾਪਾਨ 2013 ਅਤੇ 2021 ਦਾ ਜੇਤੂ ਰਹੀ ਆਈ ਇਸ ਤੋਂ ਪਹਿਲਾਂ ਭਾਰਤੀ ਟੀਮ ਨੇ ਏਸ਼ੀਆਈ ਖੇਡਾਂ ਵਿੱਚ ਚਾਂਦੀ ਦਾ ਤਗਮਾ ਜੇਤੂ ਦੱਖਣੀ ਕੋਰੀਆ ਨੂੰ 2 ਸਿਫਰ ਨਾਲ ਹਰਾ ਕੇ ਮਹਿਲਾ ਏਸ਼ੀਆ ਦੇ ਫਾਈਨਲ ਵਿੱਚ ਦਾਖਲ ਹਾਸਲ ਕੀਤਾ ਸੀ